ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਚਰਚਾ ਇੱਕ ਵਾਰ ਦੁਬਾਰਾ ਛਿੜ ਗਈ ਹੈ। ਮਨਪ੍ਰੀਤ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਏ ਨੇ, ਆਪਣਾ ਸਪਸ਼ਟੀਕਰਨ ਸੌਂਪਿਆ ਆ। ਸੁੱਚਾ ਸਿੰਘ ਲੰਗਾਹ ਉਹਨਾਂ ਦੇ ਨਾਲ ਉੱਥੇ ਮਿਲਦੇ ਨੇ, ਉਹਨਾਂ ਨੂੰ ਉੱਥੇ ਉਹ ਵੀ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਕਰਦੇ ਨੇ। 17 ਲੀਡਰਾਂ ਦੀ ਸੂਚੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੀ ਜਾਂਦੀ ਹੈ, ਜਿਹੜੇ 7 ਤੋਂ 17 ਤੱਕ ਕੈਬਨਿਟ ਦੇ ਵਿੱਚ ਰਹੇ ਨੇ, ਔਰ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਪੇਸ਼ ਕਰਨ ਦੇ ਵਾਸਤੇ ਕਿਹਾ ਗਿਆ ਸੀ। ਖੈਰ, ਬੜੇ ਲੀਡਰ ਜਾ ਚੁੱਕੇ ਨੇ, ਸਪਸ਼ਟੀਕਰਨ ਪੇਸ਼ ਕਰ ਆਏ ਨੇ। ਉਹਨਾਂ ਦੇ ਵਿੱਚ ਮਨਪ੍ਰੀਤ ਬਾਦਲ, ਸੁੱਚਾ ਸਿੰਘ ਲੰਗਾਹ ਵੀ ਲੰਘੇ ਕੱਲ੍ਹ ਜਾ ਕੇ ਆਉਂਦੇ ਨੇ, ਪਰ ਉਸ ਤੋਂ ਬਾਅਦ ਚਰਚਾ ਇੱਕ ਵੱਖਰੇ ਪੱਧਰ ਦੇ ਉੱਤੇ ਛਿੜ ਗਈ ਹੈ। ਕਿਹਾ ਜਾ ਰਿਹਾ ਕਿ ਮਨਪ੍ਰੀਤ ਬਾਦਲ ਹੁਣ ਕਿਸੇ ਵੇਲੇ ਵੀ ਪਲਟੀ ਮਾਰ ਸਕਦੇ ਨੇ। ਕਿੱਥੋਂ? ਬੀਜੇਪੀ ਦੇ ਵਿੱਚ ਮਨਪ੍ਰੀਤ ਬਾਦਲ ਨੇ ਕਿਹਾ, ਤਾਂ ਇਹ ਵੀ ਜਾ ਰਿਹਾ ਕਿ ਬੀਜੇਪੀ ਮਨਪ੍ਰੀਤ ਬਾਦਲ 'ਤੇ ਦਾਅ ਖੇਡ ਸਕਦੀ ਹੈ, ਪਰ ਇੱਕ ਵੱਖਰਾ ਨੈਰੇਟਿਵ ਘੜਿਆ ਜਾ ਰਿਹਾ, ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਹੈ ਕਿ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਬੀਜੇਪੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ। ਮਨਪ੍ਰੀਤ ਬਾਦਲ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਭਰਾ ਨੇ, ਉਹਨਾਂ ਦੇ ਕਜ਼ਨ ਨੇ, ਔਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੀ ਜਦੋਂ ਪਾਰਟੀ ਛੱਡਦੇ ਨੇ ਤਾਂ ਇਹੀ ਕਹਿੰਦੇ ਨੇ ਕਿ ਮੈਂ ਪਿੱਛੇ ਹੋ ਜਾਂਦਾ, ਇਹ ਦੋ ਭਰਾ ਇਕੱਠੇ ਹੋ ਜਾਣ। ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਬਿਆਨ ਆਉਂਦਾ ਕਿ ਭਾਈ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਪਾਰਟੀ ਛੱਡਣ ਦਾ, ਬੀਜੇਪੀ ਛੱਡਣ ਦਾ, ਅਤੇ ਹੁਣ ਚਰਚਾ ਦੁਬਾਰਾ ਇਸ ਗੱਲ ਦੀ ਛੱਡ ਗਈ ਹੈ ਕਿ ਉਹ ਪਾਰਟੀ ਛੱਡ ਕੇ ਅਤੇ ਅਕਾਲੀ ਦਲ 'ਚ ਸ਼ਾਮਿਲ ਹੋ ਸਕਦੇ ਆ। ਵਿਵਾਦ ਸਿਆਸੀ ਜਿਹੜਾ ਉਹ ਚੱਲਣਾ ਲਾਜ਼ਮੀ ਹੈ, ਕਿਉਂਕਿ ਗਿੱਦੜਬਾਹਾ ਜ਼ਿਮਨੀ ਚੋਣ ਆ, ਔਰ ਗਿੱਦੜਬਾਹਾ ਹਲਕਾ ਜਿਹੜਾ ਉਹ ਅਕਾਲੀ ਦਲ ਦਾ ਬੜਾ ਹੀ ਮਕਬੂਲ ਹਲਕਾ ਰਿਹਾ, ਇੱਥੇ ਅਕਾਲੀ ਦਲ ਦਾ ਰਸੂਖ ਬਣਿਆ ਰਿਹਾ, ਭਾਵੇਂ ਅਕਾਲੀ ਦਲ ਹਾਰਦੀ ਵੀ ਰਹੀ ਹੈ ਤਾਂ ਬੜਾ ਤਗੜਾ ਰਸੂਖ ਬਣਿਆ ਰਿਹਾ। ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਚਿਹਰੇ ਨੂੰ ਬੜੀਆਂ ਵੋਟਾਂ ਪੈਂਦੀਆਂ ਰਹੀਆਂ ਨੇ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਮਨਪ੍ਰੀਤ ਬਾਦਲ ਦਾ ਰਸੂਖ ਇਸ ਹਲਕੇ ਦੇ ਵਿੱਚ ਬਣਿਆ ਰਿਹਾ ਆ। ਇਸ ਵਾਸਤੇ ਮਨਪ੍ਰੀਤ ਬਾਦਲ ਦੇ ਉੱਤੇ ਬੀਜੇਪੀ ਵੀ ਦਾਅ ਖੇਡਣਾ ਚਾਹੁੰਦੀ ਹੈ, ਔਰ ਸੁਖਬੀਰ ਬਾਦਲ ਕੋਲ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਜਾਣ ਤੋਂ ਬਾਅਦ ਪਹਿਲਾ ਜਾਂ ਦੂਜਾ ਆਪਸ਼ਨ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਬਚੇ ਹੋਏ ਨੇ। ਹਾਲਾਂਕਿ ਉਹ ਆਪ ਵੀ ਹੈਗੇ ਨੇ, ਪਰ ਉਹ ਆਪ ਅਜੇ ਕੁਝ ਨਿੱਜੀ ਰੁਝੇਵਿਆਂ ਦੇ ਵਿੱਚ ਫਸੇ ਹੋਏ ਨੇ, ਕਸੂਤੇ ਫਸੇ ਹੋਏ ਨੇ। ਮਨਪ੍ਰੀਤ ਬਾਦਲ ਦੇ ਉੱਤੇ ਦਾਅ ਖੇਡਦੇ ਆ, ਸੁਖਬੀਰ ਬਾਦਲ ਖੇਡਦੇ ਆ, ਬੀਜੇਪੀ ਵਾਲੇ ਖੇਡਦੇ ਆ। ਗੱਲ ਤਾਂ ਇਹ ਹੈ ਕਿ ਅਸਲ ਦੇ ਵਿੱਚ ਫੈਸਲਾ ਕੀ ਹੋਵੇਗਾ ਮਨਪ੍ਰੀਤ ਬਾਦਲ ਦਾ, ਮਨਪ੍ਰੀਤ ਬਾਦਲ ਕਿੱਧਰ ਵੱਲ ਨੂੰ ਜਾਣਾ ਪਸੰਦ ਕਰਨਗੇ, ਫੈਮਿਲੀ ਫਸਟ ਹੋਵੇਗੀ ਜਾਂ ਪਾਰਟੀ ਫਸਟ ਹੋਵੇਗੀ। ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਜਿਹੜਾ ਉਹ ਬੜਾ ਲੰਮਾ ਰਿਹਾ ਹੈ, ਅਕਾਲੀ ਦਲ, ਫਿਰ PPP, ਫਿਰ ਕਾਂਗਰਸ, ਫਿਰ BJP। ਮਨਪ੍ਰੀਤ ਬਾਦਲ ਜਿਹੜੇ ਨੇ ਉਹ ਬੜੇ ਉਤਾਰ ਚੜ੍ਹਾਅ ਦੇ ਵਿੱਚ ਰਹੇ ਨੇ, ਪਰ ਇਸ ਦੇ ਬਾਵਜੂਦ ਮਨਪ੍ਰੀਤ ਬਾਦਲ ਹੁਣ ਕਹਿੰਦੇ ਦੁਬਾਰਾ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ। ਕਰਦੇ ਜਾਂ ਨਹੀਂ ਕਰਦੇ ਉਹ ਉਹਨਾਂ ਤੱਕ ਮਨਸਰ ਹੈ, ਜੋ ਵੀ ਹੋਏਗਾ ਦੱਸਦੇ ਰਹਾਂਗੇ। ਬਣੇ ਰੋਵਾਂ ਇੰਡੀਆ ਪੰਜਾਬੀ 'ਤੇ।